ਪੰਜ ਬੱਚਿਆਂ ਦੀ ਮਾਂ ਨੂੰ ਲੈ ਕੇ ਭੱਜਿਆ ਚਾਰ ਜਵਾਕਾਂ ਦਾ ਪਿਓ। ਰਿਸ਼ਤੇ ਵਿੱਚ ਮਹਿਲਾ ਸ਼ਖਸ ਦੀ ਲੱਗਦੀ ਸੀ ਸਾਲੀ। ਗਰਭਵਤੀ ਮਹਿਲਾ ਨੂੰ ਛੱਡ ਸ਼ਖਸ ਸਾਲੀ ਨਾਲ ਹੋਇਆ ਫਰਾਰ। ਦੱਸ ਦਈਏ ਕਿ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਖਸ ਤੇ ਮਹਿਲਾ ਨੇ ਇੱਕ ਜੀਜਾ ਸਾਲੀ ਦੇ ਰਿਸ਼ਤੇ ਨੂੰ ਹੀ ਬਦਨਾਮ ਕਰ ਦਿੱਤਾ ਹੈ। ਦਰਅਸਲ ਇੱਕ ਵਿਅਕਤੀ ਆਪਣੇ ਰਿਸ਼ਤੇ ਦੇ ਵਿੱਚ ਲੱਗਣ ਵਾਲੀ ਸਾਲੀ ਦੇ ਨਾਲ ਫਰਾਰ ਹੋ ਗਿਆ ਹੈ ਤੇ ਵਿਅਕਤੀ ਜੋ ਫਰਾਰ ਹੋਇਆ ਹੈ ਇਸਦੇ ਚਾਰ ਬੱਚੇ ਸੀ ਤੇ ਮਹਿਲਾ ਜਿਸ ਨਾਲ ਇਹ ਭੱਜਿਆ ਉਸਦੇ ਪੰਜ, ਮਤਲਬ ਕਿ ਚਾਰ ਬੱਚਿਆਂ ਦਾ ਪਿਓ ਪੰਜ ਬੱਚਿਆਂ ਦੀ ਮਾਂ ਨੂੰ ਲੈ ਕੇ ਫਰਾਰ ਹੋਇਆ ਤੇ ਦੋਨਾਂ ਦਾ ਆਪਸ ਦੇ ਵਿੱਚ ਜੀਜਾ ਸਾਲੀ ਦਾ ਰਿਸ਼ਤਾ ਸੀ। ਉੱਥੇ ਜਾਣਕਾਰੀ ਇਹ ਵੀ ਮਿਲਿਆ ਹੈ ਕਿ ਜੋ ਵਿਅਕਤੀ ਫਰਾਰ ਹੋਇਆ ਉਸਦੀ ਪਤਨੀ ਗਰਭਵਤੀ ਸੀ। ਦਰਅਸਲ ਇਸ ਮਾਮਲੇ ਦੇ ਵਿੱਚ ਸਲੀਮ ਆਪਣੀ ਪਤਨੀ ਦੀ ਦੇਖਭਾਲ ਦੇ ਲਈ ਆਪਣੀ ਸਾਲੀ ਨੂੰ ਲੈ ਕੇ ਆਉਂਦਾ ਹੈ, ਜਿਸ ਤੋਂ ਬਾਅਦ ਉਹ ਆਪਣੀ ਸਾਲੀ ਨੂੰ ਆਪਣੇ ਘਰ ਲੈ ਜਾਂਦਾ ਹੈ। ਉੱਥੇ ਉਹ ਮਹਿਲਾ ਰੁਕਦੀ ਹੈ ਪਰ ਜਦੋਂ ਉਸਨੂੰ ਵਾਪਸ ਘਰ ਛੱਡਣ ਜਾਂਦਾ ਹੈ ਤਾਂ ਉਹ ਪਿੰਡ ਨਹੀਂ ਪਹੁੰਚਦੇ ਤੇ ਉਸ ਮਹਿਲਾ ਦੇ ਪਤੀ ਨੂੰ ਇਹ ਗੱਲ ਕਰੀਬ 5 ਦਿਨ ਬਾਅਦ ਪਤਾ ਲੱਗਦੀ ਹੈ, ਜਦੋਂ ਵਿਅਕਤੀ ਆਪਣੀ ਸਾਲੀ ਨੂੰ ਲੈ ਕੇ ਘਰ ਨਹੀਂ ਪਹੁੰਚਦਾ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਜੋ ਵਿਅਕਤੀ ਸਲੀਮ ਫਰਾਰ ਹੈ ਉਹ ਫਾਰੂਖਾਬਾਦ ਦਾ ਰਹਿਣ ਵਾਲਾ ਹੈ ਤੇ ਉਸ ਵਿਅਕਤੀ ਦੇ ਚਾਰ ਬੱਚੇ ਨੇ ਤੇ ਉਸਦੀ ਪਤਨੀ ਹੁਣ ਗਰਭਵਤੀ ਹੈ ਤੇ ਆਪਣੀ ਪਤਨੀ ਦੀ ਦੇਖਭਾਲ ਦੇ ਲਈ ਉਹ ਆਪਣੀ ਸਾਲੀ ਨੂੰ ਕਰਨਾਲ ਤੋਂ ਲੈ ਕੇ ਆਉਂਦਾ ਤੇ ਸਾਲੀ ਦੇ ਕੋਲ ਵੀ 5 ਬੱਚੇ ਨੇ। ਦੱਸ ਦਈਏ ਕਿ ਪਹਿਲਾਂ ਤਾਂ ਪਰਿਵਾਰ ਵੱਲੋਂ ਮਨਾ ਕਰ ਦਿੱਤਾ ਜਾਂਦਾ ਹੈ ਪਰ ਜ਼ਿਆਦਾ ਮਿੰਨਤਾਂ ਕਰਨ ਤੋਂ ਬਾਅਦ ਉਸ ਮਹਿਲਾ ਨੂੰ ਸ਼ਖਸ ਦੇ ਨਾਲ ਭੇਜ ਦਿੱਤਾ ਜਾਂਦਾ ਹੈ। ਮਹਿਲਾ ਉਸਦੇ ਘਰ ਕਈ ਦਿਨ ਰੁਕਦੀ ਹੈ ਤੇ ਜਦੋਂ ਉਹ ਵਾਪਸ ਉਸ ਨੂੰ ਕਰਨਾਲ ਛੱਡਣ ਜਾਂਦਾ ਹੈ ਤਾਂ ਉਹ ਫਰਾਰ ਹੋ ਜਾਂਦੇ ਨੇ। ਹੁਣ ਕਰੀਬ 5 ਦਿਨ ਬੀਤ ਚੁੱਕੇ ਨੇ ਤੇ ਜਾਣਕਾਰੀ ਇਹ ਮਿਲੀ ਹੈ ਕਿ ਸਾਲੀ ਨੂੰ ਲੈ ਕੇ ਉਹ ਸ਼ਖਸ ਫਰਾਰ ਹੋ ਗਿਆ, ਹਲੇ ਤੱਕ ਘਰ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਸਾਰਿਆਂ ਨੇ ਅਲੱਗ ਅਲੱਗ ਜਗ੍ਹਾ ਤੇ ਤਲਾਸ਼ੀ ਕੀਤੀ, ਰਿਸ਼ਤੇਦਾਰਾਂ ਦੇ ਘਰ ਪਤਾ ਕੀਤਾ ਪਰ ਕੋਈ ਵੀ ਜਾਣਕਾਰੀ ਨਹੀਂ ਮਿਲੀ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਲੀਮ ਪੁੱਤਰ ਅੱਲਾ ਬਖਸ਼ ਗਾਂਵ ਅਮਲਈਆ ਜ਼ਿਲ੍ਹਾ ਫਰੂਖਾਬਾਦ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇਹਨੂੰ ਸ਼ਿਕਾਇਤ ਦੀ ਹੈ ਕਿ ਇਸ਼ਕਾ ਸਾਢੂ ਹੈ ਜੋ ਬਲੇੜਾ ਗਾਂਵ ਕਾ ਰਹਿਣ ਵਾਲਾ ਹੈ ਔਰ ਇਸਕੇ ਘਰ ਵਾਲੀ ਉਸਕੀ ਸਾਲੀ ਲਗਤੀ ਹੈ ਉਸਕੋ ਬੁਲਾ ਪੁਸਲਾ ਕਰਕੇ ਲੈ ਗਿਆ। ਇਸ ਸੰਬੰਧ ਮੈਂ ਸ਼ਿਕਾਇਤ ਪ੍ਰਾਪਤ ਹੋਈ ਹੈ, ਮੁਕੱਦਮਾ ਦਰਜ ਕਰ ਲਈ ਹੈ, ਤਫਤੀਸ਼ ਜਾਰੀ ਹੈ, ਇਸਕੇ ਬਾਰੇ ਮੈਂ ਤਲਾਸ਼ ਕਰੀ। ਮਹਿਲਾ ਕੀ ਤਲਾਸ਼ ਕੇ ਲਈ ਕਿਆ ਕੁਛ ਕੀਆ ਜਾ ਰਹਾ ਪੁਲਿਸ ਤਰਫ? ਇਸਕੇ ਲਈ ਮੈਸੇਜ ਕੀਆ ਗਿਆ ਹੈ, ਬਾਕੀ ਉਸਕੀ ਲੋਕੇਸ਼ਨ ਕੇ ਬਾਰੇ ਜੋ ਪਤਾ ਕਰੇਂਗੇ ਜਹਾਂ ਜਹਾਂ ਵੀ ਹੋਗੀ ਵਹਾਂ ਜਾ ਤਲਾਸ਼ ਕਰੇਂਗੇ ਉਸਕੀ। 5 ਬੱਚਿਆਂ ਦੀ ਮਾਂ ਨੂੰ ਲੈ ਕੇ ਭੱਜਿਆ ਚਾਰ ਜਵਾਕਾਂ ਦਾ ਪਿਓ। ਰਿਸ਼ਤੇ ਵਿੱਚ ਮਹਿਲਾ ਸ਼ਖਸ ਦੀ ਲੱਗਦੀ ਸੀ ਸਾਲੀ। ਗਰਭਵਤੀ ਮਹਿਲਾ ਨੂੰ ਛੱਡ ਸ਼ਖਸ ਸਾਲੀ ਨਾਲ ਹੋਇਆ ਫਰਾਰ। ਦੱਸ ਦਈਏ ਕਿ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਸ਼ਖਸ ਤੇ ਮਹਿਲਾ ਨੇ ਇੱਕ ਜੀਜਾ ਸਾਲੀ ਦੇ ਰਿਸ਼ਤੇ ਨੂੰ ਹੀ ਬਦਨਾਮ ਕਰ ਦਿੱਤਾ ਹੈ। ਦਰਅਸਲ ਇੱਕ ਵਿਅਕਤੀ ਆਪਣੇ ਰਿਸ਼ਤੇ ਦੇ ਵਿੱਚ ਲੱਗਣ ਵਾਲੀ ਸਾਲੀ ਦੇ ਨਾਲ ਫਰਾਰ ਹੋ ਗਿਆ ਹੈ ਤੇ ਵਿਅਕਤੀ ਜੋ ਫਰਾਰ ਹੋਇਆ ਹੈ ਇਸਦੇ ਚਾਰ ਬੱਚੇ ਸੀ ਤੇ ਮਹਿਲਾ ਜਿਸ ਨਾਲ ਇਹ ਭੱਜਿਆ ਉਸਦੇ 5, ਮਤਲਬ ਕਿ ਚਾਰ ਬੱਚਿਆਂ ਦਾ ਪਿਓ 5 ਬੱਚਿਆਂ ਦੀ ਮਾਂ ਨੂੰ ਲੈ ਕੇ ਫਰਾਰ ਹੋਇਆ ਤੇ ਦੋਨਾਂ ਦਾ ਆਪਸ ਦੇ ਵਿੱਚ ਜੀਜਾ ਸਾਲੀ ਦਾ ਰਿਸ਼ਤਾ ਸੀ। ਉੱਥੇ ਜਾਣਕਾਰੀ ਇਹ ਵੀ ਮਿਲਿਆ ਹੈ ਕਿ ਜੋ ਵਿਅਕਤੀ ਫਰਾਰ ਹੋਇਆ ਉਸਦੀ ਪਤਨੀ ਗਰਭਵਤੀ ਸੀ। ਦਰਅਸਲ ਇਸ ਮਾਮਲੇ ਦੇ ਵਿੱਚ ਸਲੀਮ ਆਪਣੀ ਪਤਨੀ ਦੀ ਦੇਖਭਾਲ ਦੇ ਲਈ ਆਪਣੀ ਸਾਲੀ ਨੂੰ ਲੈ ਕੇ ਆਉਂਦਾ ਹੈ, ਜਿਸ ਤੋਂ ਬਾਅਦ ਉਹ ਆਪਣੀ ਸਾਲੀ ਨੂੰ ਆਪਣੇ ਘਰ ਲੈ ਜਾਂਦਾ ਹੈ। ਉੱਥੇ ਉਹ ਮਹਿਲਾ ਰੁਕਦੀ ਹੈ ਪਰ ਜਦੋਂ ਉਸਨੂੰ ਵਾਪਸ ਘਰ ਛੱਡਣ ਜਾਂਦਾ ਹੈ ਤਾਂ ਉਹ ਪਿੰਡ ਨਹੀਂ ਪਹੁੰਚਦੇ ਤੇ ਉਸ ਮਹਿਲਾ ਦੇ ਪਤੀ ਨੂੰ ਇਹ ਗੱਲ ਕਰੀਬ 5 ਦਿਨ ਬਾਅਦ ਪਤਾ ਲੱਗਦੀ ਹੈ, ਜਦੋਂ ਵਿਅਕਤੀ ਆਪਣੀ ਸਾਲੀ ਨੂੰ ਲੈ ਕੇ ਘਰ ਨਹੀਂ ਪਹੁੰਚਦਾ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਜੋ ਵਿਅਕਤੀ ਸਲੀਮ ਫਰਾਰ ਹੈ ਉਹ ਫਾਰੂਖਾਬਾਦ ਦਾ ਰਹਿਣ ਵਾਲਾ ਹੈ
ਤੇ ਉਸ ਵਿਅਕਤੀ ਦੇ 4 ਬੱਚੇ ਨੇ ਤੇ ਉਸ ਦੀ ਪਤਨੀ ਹੁਣ ਗਰਭਵਤੀ ਹੈ ਤੇ ਆਪਣੀ ਪਤਨੀ ਦੀ ਦੇਖਭਾਲ ਦੇ ਲਈ ਉਹ ਆਪਣੀ ਸਾਲੀ ਨੂੰ ਕਰਨਾਲ ਤੋਂ ਲੈ ਕੇ ਆਉਂਦਾ ਤੇ ਸਾਲੀ ਦੇ ਕੋਲ ਵੀ 5 ਬੱਚੇ ਨੇ। ਦੱਸਦੇ ਕਿ ਪਹਿਲਾਂ ਤਾਂ ਪਰਿਵਾਰ ਵੱਲੋਂ ਮਨਾ ਕਰ ਦਿੱਤਾ ਜਾਂਦਾ ਪਰ ਜ਼ਿਆਦਾ ਮਿੰਨਤਾਂ ਕਰਨ ਤੋਂ ਬਾਅਦ ਉਸ ਮਹਿਲਾ ਨੂੰ ਸ਼ਖਸ ਦੇ ਨਾਲ ਭੇਜ ਦਿੱਤਾ ਜਾਂਦਾ। ਮਹਿਲਾ ਉਸਦੇ ਘਰ ਕਈ ਦਿਨ ਰੁਕਦੀ ਹੈ ਤੇ ਜਦੋਂ ਉਹ ਵਾਪਸ ਉਸਨੂੰ ਕਰਨਾਲ ਛੱਡਣ ਜਾਂਦਾ ਤਾਂ ਉਹ ਫਰਾਰ ਹੋ ਜਾਂਦੇ ਨੇ। ਹੁਣ ਕਰੀਬ 5 ਦਿਨ ਬੀਤ ਚੁੱਕੇ ਨੇ ਤੇ ਜਾਣਕਾਰੀ ਇਹ ਮਿਲੀ ਹੈ ਕਿ ਸਾਲੀ ਨੂੰ ਲੈ ਕੇ ਉਹ ਸ਼ਖਸ ਫਰਾਰ ਹੋ ਗਿਆ, ਹਲੇ ਤੱਕ ਘਰ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਸਾਰਿਆਂ ਨੇ ਅਲੱਗ ਅਲੱਗ ਜਗ੍ਹਾ ਤੇ ਤਲਾਸ਼ੀ ਕੀਤੀ, ਰਿਸ਼ਤੇਦਾਰਾਂ ਦੇ ਘਰ ਪਤਾ ਕੀਤਾ ਪਰ ਕੋਈ ਵੀ ਜਾਣਕਾਰੀ ਨਹੀਂ ਮਿਲੀ। ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਹ ਸਲੀਮ ਪੁੱਤਰ ਅੱਲਾ ਬਖਸ਼ ਗਾਓ ਅਮਲਈਆ ਜ਼ਿਲ੍ਹਾ ਫਰੂਕਾਬਾਦ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਇਹਨੂੰ ਨੇ ਸ਼ਿਕਾਇਤ ਦੀ ਹੈ ਕਿ ਇਸ਼ਕਾ ਸਾਡੂ ਹੈ ਜੋ ਬਲੇੜਾ ਗਾਓ ਕਾ ਰਹਿਣ ਵਾਲਾ ਹੈ ਔਰ ਇਸਕੇ ਘਰ ਵਾਲੀ ਉਸਕੀ ਸਾਲੀ ਲਗਤੀ ਹੈ ਉਸਕੋ ਬੁਲਾ ਪੁਸਲਾ ਕਰਕੇ ਲੈ ਗਿਆ। ਇਸ ਸੰਬੰਧ ਮੈਂ ਸ਼ਿਕਾਇਤ ਪ੍ਰਾਪਤ ਹੋਈ ਹੈ, ਮੁਕੱਦਮਾ ਦਰਜ ਕਰ ਲਈ ਹੈ, ਤਫਤੀਸ਼ ਜਾਰੀ ਹੈ ਇਸਕੇ ਬਾਰੇ ਮੈਂ ਤਲਾਸ਼ ਕਰ ਰਹੀ ਹਾਂ। ਮਹਿਲਾ ਕੀ ਤਲਾਸ਼ ਕੇ ਲਈ ਕਿਆ ਕੁਛ ਕੀਆ ਜਾ ਰਿਹਾ ਪੁਲਿਸ ਤਰਫ ਸੇ? ਇਸਕੇ ਲਈ ਮੈਸੇਜ ਕੀਆ ਗਿਆ ਹੈ, ਬਾਕੀ ਉਸਕੀ ਲੋਕੇਸ਼ਨ ਕੇ ਬਾਰੇ ਜੋ ਪਤਾ ਕਰੇਂਗੇ, ਜਹਾਂ ਜਹਾਂ ਵੀ ਹੋਗੀ ਵਹਾਂ ਜਹਾਂ ਤਲਾਸ਼ ਕਰੇਂਗੇ ਉਸਕੀ।